ਇਹ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਤੁਹਾਨੂੰ ਪਤਾ ਜਿਵੇਂ ਪੀਟੀਸੀ ਸਰਬਸਾਂਝੀ ਕੁਰਬਾਨੀ ਜਿਹੜੀ ਆ ਪੀਟੀਸੀ ਚੈਨਲ ਤੇ ਚੱਲਦੀ ਸੀ ਔਰ ਲੋਕੀ ਸਾਰੇ ਹੀ ਸਰਬਸਾਂਝੀ ਕੁਰਬਾਨੀ ਘਰ ਘਰ ਦੇਖਦੇ ਸੀਗੇ ਉਹਦਾ ਆਨੰਦ ਮਾਣਦੇ ਸੀਗੇ ਤੇ ਹੁਣ ਪਿਛਲੇ ਦਿਨਾਂ ਦੇ ਵਿੱਚ ਇਹ ਵਿਵਾਦ ਰਿਹਾ ਪੀ ਜਿਹੜੀ ਸ਼ੁਰੂ ਆ ਪੀਟੀਸੀ ਚੈਨਲ ਜਿਹੜਾ ਸਰਬਸਾਂਝੀ ਕੁਰਬਾਨੀ ਕਿਉਂ ਕਰਦਾ ਵਾ ਹੋਰ ਵੀ ਚੈਨਲ ਜਿਹੜੀ ਇਹ ਸੇਵਾ ਕਰ ਸਕਦੇ ਆ ਉਹਦੇ ਦਰਮਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਆਪ ਸਭੇ ਸਲਾਹ ਕੀਤੀ ਔਰ ਉਹਨਾਂ ਨੇ ਆਪਣਾ YouTube ਜਿਹੜਾ ਚੈਨਲ ਆ 24 ਤਰੀਕ ਤੋਂ ਜਿਹੜਾ ਚੱਲ ਰਿਹਾ ਵਾ ਹੁਣ ਸਰਬਸਾਂਜੀ ਕੁਰਬਾਨੀ ਉਤੇ ਚੱਲੂਗੀ ਹੁਣ YouTube ਦੇ ਚੈਨਲ ਤੇ ਤੇ ਸਰਬਸਾਂਜੀ ਕੁਰਬਾਨੀ ਚੱਲੂਗੀ ਦੇਖਾਂਗੇ ਕਿੰਨੇ ਕੁ ਲੋਕ ਸਰਬਸਾਂਜੀ ਕੁਰਬਾਨੀ ਗੁਰਬਾਣੀ ਸੁਣ ਸਕਦੇ ਆ ਕਿਉਂਕਿ ਉਹਦੇ ਵਾਸਤੇ YouTube ਵਾਸਤੇ ਸ਼ਾਇਦ ਹੋ ਸਕਦਾ 스마트 LED ਲੈਂਣੀਆਂ ਪੈਣ 스마트 ਫੋਨ ਲੈਣੇ ਪੈਣ ਸੋ ਅਸੀਂ ਅੱਜ ਗੁਰਦੁਆਰਾ ਕਪੂਰਸਲਾ ਵਿੱਚ ਆਏ ਆ ਜੁੜੇ ਆ ਸਾਡੇ ਨਾਲ ਸਿੱਖ ਸ਼ਰਧਾਲੂ ਕਰਦੇ ਆ ਗੱਲ ਉਹਨਾਂ ਦੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਾਲ ਜੀ ਸਰ ਜਿਹੜੀ ਆ ਪੀਟੀਸੀ ਚੈਲੰਜ ਜਿਹੜੀ ਸੇਵਾ ਨਿਭਾ ਰਿਆ ਸੀਗਾ ਸਰਬਸਾਂਝੀ ਕੁਰਬਾਨੀ ਦੀ ਹੁਣ YouTube ਚੈਨਲ ਚ ਲਾਊਗਾ ਇਹਨੂੰ ਤੁਸੀਂ ਕਿੱਦਾਂ ਦੇਖਦੇ ਦੇਖੋ ਮੈਂ ਇਹਨੂੰ ਇਹ ਸਮਝਦਾ ਕਿ ਸਿਰਫ ਤੇ ਸਿਰਫ ਚੰਦ ਕੇ ਜਿਹੜੇ ਜਥੇਦਾਰ ਆਪਣੇ ਆਪ ਚ ਹੁੰਦੇ ਆ ਉਹ ਕਹਿੰਦੇ ਵੀ ਸਾਡਾ ਕਿਉਂ ਨਹੀਂ ਹੱਥ ਪੈਂਦਾ ਗੋਲਕ ਨੂੰ ਰੋਲਾ ਸਾਰਾ ਬੋ ਗੋਲਕ ਦਾ ਹੋਰ ਕਿਤੇ ਰੋਲਾ ਨਹੀਂ ਹੈਗਾ ਜਾਂ ਸਿਆਸੀ ਬੰਦੇ ਡਰਾਮੇਬਾਜ਼ੀ ਕਰ ਰਹੇ ਆ ਜਿਹੜੇ ਐਜੀਪੀਸੀ ਦੇ ਖਿਲਾਫ ਆ ਹੋਰ ਕਿਸੇ ਨੂੰ ਕੋਈ ਤੰਗੀ ਨਹੀਂ ਆਪਾਂ ਰੋਜ਼ ਬਾਜ਼ਾਰ 'ਚ ਜਾਂਦੇ ਆ ਸਵੇਰੇ ਜਾਂਦੇ ਆ ਸ਼ਾਮ ਨੂੰ ਜਾਂਦੇ ਆ ਕਿਸੇ ਲਾਲੇ ਦੀ ਕਿਸੇ ਦੀ ਬਾਣੀਏ ਦੀ ਦੁਕਾਨ ਤੇ ਕਿਸੇ ਸਰਦਾਰ ਦੀ ਦੁਕਾਨ ਤੇ ਉੱਥੇ ਸਵੇਰੇ ਸ਼ਾਮ ਗੁਰਬਾਣੀ ਚੱਲ ਰਹੀ ਹੁੰਦੀ ਆ ਉਹਨਾਂ ਨੂੰ ਤਾਂ ਕਿਸੇ ਨੂੰ ਕੋਈ ਤੰਗੀ ਨਹੀਂ ਵੀ ਭਾਈ ਇਹ ਕਿਹੜੇ ਚੈਨਲ ਤੇ ਚੱਲ ਰਹੀ ਆ ਇਹ ਬੰਦਿਆਂ ਨੂੰ ਕਿਉਂ ਤੰਗੀ ਆ ਇਹਨਾਂ ਨੂੰ ਸਿਰਫ ਇਸੇ ਕਰਕੇ ਤੰਗੀ ਆ ਵੀ ਸਾਡਾ ਹੱਥ ਉੱਥੇ ਪਵੇ ਹੋਰ ਕੋਈ ਤੰਗੀ ਨਹੀਂ ਹੈਗੀ ਹਰ ਬੰਦਾ ਗੋਲਕ ਖਾਨ ਨੂੰ ਫੇਰਦਾ ਇਹ ਕਹਿੰਦੇ ਜੀ ਪੀਟੀਸੀ ਬੰਦ ਕਰਕੇ ਉਹ ਲਿਆਉਣੀ ਹੁਣ YouTube ਤੇ ਪਹਿਲੋ ਦੱਸੋ ਕਿ ਰੇਂਜ ਆ ਜਾਇਆ ਕਰੂਗੀ ਬڑے ਗਰੀਬ ਪਰਿਵਾਰ ਹੈਗੇ ਆ ਉਹ ਪਹਿਲਾਂ 60-60 ਹਜ਼ਾਰ ਰੁਪਏ ਦੀਆਂ ਐਲਸੀਡੀਆਂ ਨਵੀਆਂ ਲਵਾਉਣ ਸਮਾਰਟ ਸੀਟੀ ਲਵਾਉਣ ਜਾਂ ਆਪਣੇ 60-60 ਹਜ਼ਾਰ ਦਾ ਟੈਲੀਫੋਨ ਲਾਉਣ ਵਾਈਫਾਈ ਲਵਾਉਣ ਉਹ ਕਿੱਥੋਂ ਗਰੀਬ ਪਰਿਵਾਰ ਲਵਾ ਲਾਂਗੇ ਜਾਂ ਤੇ ਉਹ ਭਗਵਾਨ ਤਮਾਨ ਸਰਕਾਰ ਲਵਾ ਕੇ ਦਵੇ ਪੰਜਾਬ ਦੇ ਮੁੱਖ ਮੰਤਰੀ ਜਿਉਂ ਹੀ ਸਿਆਸਤ ਦੇ ਵਿੱਚ ਆਏ ਉਹਨਾਂ ਨੇ ਪੀਟੀਸੀ ਚੈਨਲ ਬਾਰੇ ਕਾਫੀ ਗੱਲਾਂ ਹੋਈਆਂ ਵੀ ਪੀਟੀਸੀ ਚੈਨਲ ਬੰਦ ਹੋਣਾ ਚਾਹੀਦਾ ਇਹਦਾ ਕੀ ਮਤਲਬ ਵੀ ਪੰਜਾਬ ਦਾ ਮੁੱਖ ਮੰਤਰੀ ਆ ਉਹ ਪੀਟੀਸੀ ਚੈਨਲ ਬੰਦ ਕਰਵਾ ਕੇ ਤੇ ਆਪਣੀ ਗੁਰਦੁਆਰੇ ਤੇ ਸ਼ਾਹ ਬਣਾਉਣਾ ਚਾਹੁੰਦਾ ਜਾਂ ਕੀ ਕਰਨਾ ਚਾਹੁੰਦਾ ਮੈਂ ਇਹ ਸਮਝਦਾ ਕਿ ਇਹ ਲੋਕਾਂ ਨੂੰ ਔਰ ਜਿਹੜੇ ਬਿਲਕੁਲ ਗੁਰਸਿੱਖ ਬੰਦੇ ਹੈਗੇ ਉਹਨਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਉਹਨਾਂ ਨੂੰ ਛੇੜਦੇ ਆ ਬਈ ਇਹ ਇਹ ਇਹਨਾਂ ਦੇ ਦਿਵਾਲੇ ਹੋਊ ਤੁਸੀਂ ਇਹ ਸਿਰਫ ਦੇ ਸਿਰਫ ਸਿਆਸਤ ਕਰ ਰਿਹਾ ਭਗਵੰਤਬਾਨ ਕੋਈ ਵੀ ਅੱਜ ਤੱਕ ਦੇਖੋ ਸਵਾ ਸਾਲ ਦਾ ਉਹਦਾ ਪੀਰੀਅਡ ਹੋ ਗਿਆ ਇੱਕ ਵੀ ਚੰਗਾ ਕੰਮ ਦਾ ਦਵੇ ਆ ਹੁਣ ਤੁਸੀਂ ਦੇਖੋ ਕੱਲ ਰਾਤੀ ਕੀ ਕੀਤਾ ਉਹਨੇ ਉਹ ਜਿਹੜੇ ਨੋ ਸਵੇਰੇ 7 ਤੋਂ 2 ਦੀਆਂ ਡਿਊਟੀਆਂ ਕੀਤੀਆਂ ਸੀ ਉਹ ਫਿਰ 9 ਤੋਂ 5 ਕਰਤੀਆਂ ਇਹਨੂੰ ਕੋਈ ਕੰਮ ਨਹੀਂ ਆਉਂਦਾ ਸਿਰਫ ਖੇਡਾਂ ਕਰਦਾ ਔਰ ਲੋਕਾਂ ਨੂੰ ਗੁੰਮਰਾਹ ਕਰਦਾ ਇਸ ਤੋਂ ਸਵਾਈ ਕੋਈ ਕੰਮ ਨਹੀਂ ਹੈਗਾ ਪੀਟੀਸੀ ਚੈਨਲ ਦਾ ਜਿਹੜਾ ਬਾ ਸੁਖਬੀਰ ਬਾਦਲ ਦਾ ਵੀ ਵਿੱਚ ਸ਼ੇਅਰ ਹੈਗਾ ਹਿੱਸਾ ਹੈਗਾ ਇਹ ਕੋਈ ਪਾਰਟੀ ਬਾਜੀ ਨੂੰ ਲੈ ਕੇ ਹੋ ਰਿਹਾ ਕੰਮ ਯਾਰ ਸਾਨੂੰ ਨਹੀਂ ਪਤਾ ਉਹਦਾ ਸ਼ੇਅਰ ਹੈਗਾ ਕਿੰਨਾ ਹੀ ਹੈਗਾ ਸ਼ੇਅਰ ਹੋਵੇ ਵੀ ਮੈਂ ਕਹਿੰਦਾ ਜੀ ਪੀਟੀਸੀ ਚੋ ਸਾਨੂੰ ਕੀ ਤੰਗੀ ਆ ਸਾਨੂੰ ਘਰ ਘਰ ਗੁਰਬਾਣੀ ਸੁਣਨ ਦੇ ਆ ਮੈਨੂੰ ਇਹ ਦੱਸਣ ਵੀ ਜਦੋਂ ਕੈਨੇਡਾ ਅਮਰੀਕਾ ਇੰਗਲੈਂਡ ਰਮਨ ਹੋਲੈਂਡ ਇਟਲੀ ਸਾਰਿਆਂ ਦਾ ਟਾਈਮ ਵੱਖਰਾ ਇਹ YouTube ਤੇ ਉਹ ਕਿੱਥੇ ਦਿਖਾ ਲਿਆ ਕਰਨਗੇ ਬੈਠੇ ਇੱਕ ਪਾ ਇੱਕ ਚੈਨਲ ਨੇ ਸਾਰਾ ਸਿਸਟਮ ਚਲਾਇਆ ਹੋਇਆ ਉਹਨੇ 5 ਸਾਲ ਲਾਏ 4 ਸਾਲ ਲਾਏ ਤੇ ਫੇਰ ਜਾ ਕੇ ਸਾਰੇ ਮੁਲਕਾਂ ਦੇ ਵਿੱਚ ਸਿਸਟਮ ਚੱਲੂਗਾ ਤੇ ਇਹ ਨਵੇਂ ਸਿਰ ਤੋਂ ਫੇਰ ਇਹ ਸ਼ੁਰੂ ਕਰਨਗੇ ਇਹ ਇਹ ਸਿਰਫ ਤੇ ਸਿਰਫ ਖੱਜਲ ਖਰਾਬੀ ਔਰ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੋਰ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੈਗੀ ਤੁਸੀਂ ਜਦੋਂ ਸਵੇਰੇ ਉੱਠਦੇ ਸੀ ਪੀਟੀਸੀ ਚੈਨਲ ਲਾਉਂਦੇ ਸੀ ਉੱਤੇ ਗਰਬਾਣੀ ਚੱਲਦੀ ਸੀ ਹੁਣ ਪੀਟੀਸੀ ਚੈਨਲ ਤੁਸੀਂ ਲਾਇਆ ਕਰੋਗੇ ਉੱਤੇ ਗਰਬਾਣੀ ਨਹੀਂ ਚੱਲਣੀ ਉਹਦੇ ਵਾਸਤੇ ਤੁਹਾਨੂੰ YouTube ਚੈਨਲ ਲੱਭਿਆ ਲੱਭਣਾ ਪੈਣਾ ਫਿਰ ਜਾ ਕੇ ਗਰਬਾਣੀ ਤੁਸੀਂ ਜਿਹੜੀ ਆ ਸਰਵਿਸਾਂ ਜੀ ਸੁਣ ਸਕਦੇ ਜੀ ਕਿੱਦਾਂ ਕਿੱਦਾਂ ਦਾ ਮਾਹੌਲ ਹੋਊਗਾ ਕਿੱਦਾਂ ਕਰੋਗੇ ਵਾਹਿ ਖਾਲਸਾ ਵਾਹਿ ਉਥੇ ਇਹ ਜੀ ਬਾਣੀ ਜਿਹੜੀ ਆ YouTube ਤੇ 75% ਲੋਕ ਨਹੀਂ ਦੇਖ ਸਕਣਗੇ ਨਾ ਸੁਣ ਸਕਣਗੇ ਕਿਉਂ ਕਿਉਂਕਿ ਹਰ ਕੋਲ ਸਮਾਰਟ ਟੀਵੀ ਨਹੀਂ ਹੈਗਾ ਸਮਾਰਟ ਫੋਨ ਨਹੀਂ ਹੈਗਾ ਕੁਛ ਨਹੀਂ ਇਹਦੇ ਵਾਸਤੇ 스마트ਫੋਨ ਲੈਣੇ ਪੈਣਗੇ 스마트 ਟੀਵੀ ਲੈਣੇ ਪੈਣਗੇ ਬਹੁਤ ਪਿੰਡਾਂ 'ਚ ਲੋਕਾਂ ਕੋ ਆਮ ਲੋਕਾਂ ਕੋ ਸ਼ਹਿਰਾਂ 'ਚ ਵੀ ਲੋਕਾਂ ਕੋ ਹੈ ਨਹੀਂ ਵਾਈਫਾਈ ਕਨੈਕਸ਼ਨ ਵੀ ਲਵਾਉਣੇ ਪੈਣਗੇ ਉਹ ਤੇ ਲਵਾਉਣੇ ਪੈਣਗੇ ਫਿਰ ਜਾ ਕੇ ਗੁਰਬਾਣੀ ਸੁਣਨਗੇ ਸੁਣਨਗੇ ਇਸ ਲਈ ਕੋਈ ਵੀ ਚੈਨਲ ਚਲਾਵੇ ਗੁਰਬਾਣੀ ਸਾਨੂੰ ਕੋਈ ਪ੍ਰੋਬਲਮ ਨਹੀਂ ਗੀ ਗੁਰਬਾਣੀ ਆਉਣੀ ਚਾਹੀਦੀ ਹੈ ਟੀਵੀ ਤੇ ਹਰ ਇੱਕ ਨੂੰ ਦੇਖਣੀ ਹਰ ਸਰਬਤ ਸਾਡੀ ਬਾਣੀ ਹੈ ਸਰਬ ਲੈ ਗਏ ਦੇਖੋ ਜੀ ਇਸ ਚੀਜ਼ ਨੂੰ ਜਿਹੜੀ ਆ ਪੀਟੀਸੀ ਤੋਂ ਬੰਦ ਹੋ ਕੇ ਗੁਰਬਾਣੀ YouTube ਤੇ ਜਾ ਰਹੀ ਆ ਤੁਸੀਂ ਕੀ ਕਹਿਣਾ ਚਾਹਉਦੇ ਕਿਦਾਂ ਵੇਖਦੇ ਆਪਾਂ ਤਾਂ ਬਾਣੀ ਦੇਖਣੀ ਸੀ ਗੁਰਬਾਣੀ ਮਹਾਰਾਜ ਦੀ ਸੁਣਾ ਰਿਹਾ ਇਹ ਪੀਟੀਸੀ ਵਾਲੇ ਸੁਣਾ ਰਿਹਾ ਉਹ ਬਾਣੀ ਦੇਖਣੀ ਆ ਇਨਾ ਖਰਚਾ ਕੌਣ ਕਰੂਗਾ ਹੁਣ ਜਿਹੜੇ ਦੂਜੇ ਪਾਸੇ ਲਾ ਰਹੇ ਆ ਗਰੀਬ ਜਨਤਾ ਲਈ ਬੜਾ ਔਖਾ ਹੋ ਜੂਗਾ ਜੀ ਸਾਡੇ ਨਾਲ ਮਹਾਂਪੁਰਸ਼ ਵੀ ਆਏ ਆ ਜੁੜ ਚੁੱਕੇ ਆ ਉਹਨਾਂ ਨਾਲ ਕਰਦੇ ਆ ਗੱਲ ਬਾਬਾ ਜੀ ਜਿੱਦਾਂ ਪੀਟੀਸੀ ਚੈਨਲ 'ਚ ਗੁਰਬਾਣੀ ਚਲਾਉਂਦਾ ਸੀਗਾ ਹੁਣ ਇੱਕ YouTube ਚੈਨਲ ਜਿਹੜਾ ਵਾ ਉੱਤੇ ਗੁਰਬਾਣੀ ਆਇਆ ਕਰੂਗੀ ਇਹਨੂੰ ਕਿਦਾਂ ਦੇਖਦੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਤ ਹੈ ਕੁਰਬੇ ਸਾਹਿਬ ਨੂੰ ਇਹ ਸਰਬਸਾਹਿਬ ਜੀ ਸਾਂਝ ਗੁਰਬਾਣੀ ਹੈ। ਤੁਹਾਨੂੰ ਕੋਈ ਚਿੰਤਾ ਨਹੀਂ ਹੈ। ਕੋਈ ਸ਼ੱਕ ਨਹੀਂ ਹੈ ਜਿਹੜੀ ਸਮਾਰਦੀ ਚੈਨਲ ਤੇ ਆਵੇ ਗੁਰਬਾਣੀ ਸੁਣਨੀ ਹੈ। ਗੁਰਬਾਣੀ ਸਾਹਿਬ ਦੇ ਭਲੇ ਦੀ ਖਾਤਰ ਹੈ। ਪਛੁਪਰੇ ਮੁੱਢ ਕੋ ਉਤਾਰੇ ਪਾਨ ਪਾਰ ਉਤਾਰੇ ਨਾਨਕ ਅਦੇਸਰ ਨਹੀਂ ਸਦਾ ਸਭ ਲਈ ਹਾਰੇ। ਇਹ ਪਥਰ ਉਤਾਰਦੀ ਹੈ। ਪਸ਼ੂਆਂ ਦਾ ਭਲਾ ਕਰਦੀ ਹੈ। ਇਹ ਕਰਮਾਂ 'ਚ ਕੰਨਾਂ 'ਚ ਆਵਾਜ਼ ਪਵੇਗੀ। ਉਹ ਕਿਰਪਾ ਕਰਨੇ ਕੋਈ ਸ਼ੱਕ ਨਹੀਂ ਜਿਹੜੀ ਸਮਾਰਦੀ ਚੈਨਲ ਤੇ ਆਵੇ। ਉਹ ਨਾਨਕਰਾਮ ਚੜ੍ਹਦੀ ਕਲਾ। ਕਿ ਜੇ ਪਾਣੀ ਸਰਬਤ ਭਾਈ ਪੋਲਾ ਵਾਈ ਗੁਜਰ ਖਾਲਸਾ ਵਾਈ ਗੁਜਰ ਦੇ ਲੋ ਜੀ ਇਹ ਅਸੀਂ ਲੋਕਾਂ ਦੇ ਵੀਊ ਵੀ ਸੁਣੇ ਸਿੱਖ ਜਿੱਥੇ ਬੰਦੀ ਦੇ ਜਿਹੜੇ ਬੰਦੇ ਹੀ ਉਹਨਾਂ ਨਾਲ ਵੀ ਮਿਲੇ ਆ ਔਰ ਉਹ ਗਰਬਾਣੀ ਜਿਹੜੀ ਆ ਕਿਤੇ ਪੀਟੀਸੀ ਦੇ ਸੋਚ ਦੱਬ ਕੇ ਤੇ ਪੀਟੀਸੀ ਸਿੱਧੀ ਚੱਲਦੀ ਹੁਣ ਉਹ ਮੋਬਾਈਲ ਤੇ ਲੱਭਣੀ ਪਿਆ ਕਰੂਗੀ ਸੋ ਮੇਰੇ ਨਾਲ ਕਪੂਰ ਸੇ ਤੋਂ ਕੈਮਰਾਮੈਨ ਸੁਨੀਲ ਕੁਮਾਰ ਗੋਗਨੇ ਦੇ ਨਾਲ ਰੂਬੀ ਤਾਮੀ ਦੀ ਖਾਸ